ਹਾਂਜੀ ਹਸਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਭ ਤੋਂ ਪਹਿਲਾਂ ਤਾਂ ਮੈਂ ਇੰਟਰੋ ਦੇ ਦੇਣਾ ਵੀ ਇਸ ਵੀਡੀਓ ਦੇ ਵਿੱਚ ਅੱਜ ਵਾਲੀ ਵੀਡੀਓ ਦੇ ਵਿੱਚ ਕੀ ਕੀ ਹੈ ਵੀ ਮੇਰੇ ਨਾਲ ਧੋਖਾ ਹੋ ਗਿਆ ਘਰ ਦੇਣਾ ਧੋਖਾ ਕੀਤਾ ਪੇਪਰ ਐਂਟਰੀ ਵਾਲੇ ਭਰਤੇ ਅੱਛਾ ਅੰਬੈਸੀ ਅਪਾਇੰਟਮੈਂਟ ਹੋ ਚੁੱਕੀ ਹੈ ਫ੍ਰੀ ਤੇ ਅਪਾਇੰਟਮੈਂਟ ਕਰ ਦਿੰਦੀ ਹੈ ਹੁਣ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਤੇ ਇਦਾਂ ਨੂਲੇ ਉਸ ਤੇ ਨਕਲੀ ਨਿਕਲਣੇ ਸ਼ੋਅ ਸ਼ੁਰੂ ਹੋ ਗਿਆ ਸ਼ੋਅ ਹੋਣੇ ਹੋ ਗਏ ਆ ਅੱਛਾ ਤੇ ਵੀਜ਼ਾ ਇੱਕ ਦਿਨ ਦੇ ਵਿੱਚ ਵੀਜ਼ਾ ਤੇ ਇੱਕ ਦਿਨ ਦੇ ਵਿੱਚ ਅਪਾਇੰਟਮੈਂਟ ਦੁਬਈ ਤੋਂ ਆਪਾਂ ਇਟਲੀ ਕਿਵੇਂ ਆ ਸਕਦੇ ਹਾਂ ਤੇ ਅਪਾਇੰਟਮੈਂਟ ਤੋਂ ਲੈ ਕੇ ਵੀਜ਼ੇ ਤੱਕ ਦਾ ਪੂਰਾ ਸਫ਼ਰ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਉਸ ਤੋਂ ਬਾਅਦ ਚੱਲਦੇ ਆਂ ਪੂਰੀ ਵੀਡੀਓ ਦੇ ਵੱਲ 200 ਅੱਜ ਹੋ ਗਿਆ 14 ਜੂਨ 2024 ਦੈਨ ਹੋ ਗਿਆ ਸ਼ੁੱਕਰਵਾਰ ਕਤੌਰ ਦੇ ਚੀ ਜੂਨੀਅਰ ਦੋਏ ਮਿਲਵੇ ਤੀ 4 ਜਰਨਾਤਾ ਵੈਨਰੀ ਤੇ ਹਾਜ਼ਰਾਂ ਤੁਹਾਡੇ ਹਾਸੇ ਲੈ ਕੇ ਐ ਅੱਜ ਦੀ ਜਿਹੜੀ ਮੇਨ ਮੇਨ ਅਪਡੇਟ ਮੈਂ ਮੈਂ ਜਾਣਕਾਰੀ ਇੰਟਰੋ ਤਾਂ ਤੁਸੀਂ ਮੈਂ ਅੱਜ ਟਰਾਈ ਕੀਤੀ ਹੈ ਦੋਸਤੋ ਇਹ ਚੀਜ਼ ਵੀ ਵੀ ਆਪਾਂ ਕੀ ਕੀ ਸ਼ੇਅਰ ਕਰਨ ਲੱਗੇ ਹਣਾ ਜਿਹੜੇ ਮੇਰੇ ਵੀਰ ਨੂੰ ਇਹਨਾਂ ਚੀਜ਼ਾਂ ਤਾਂ ਹੋਰ ਹੀ ਬਹੁਤ ਕੁਝ ਹੈਗਾ ਹਣਾ ਗੱਲਾਂ ਬਾਤਾਂ ਦੇ ਵਿੱਚ ਕਿਉਂਕਿ ਜਾਣਕਾਰੀ ਪਹਿਲਾਂ ਥੋੜੀ ਥੋੜੀ ਦੱਸ ਦਗੇ ਹਿੰਟ ਦੇ ਦਗੇ ਤੇ ਬੜੀਆ ਹੁੰਦਾ ਤੇ ਚਲੋ ਚੱਲਦੇ ਆਂ ਪਹਿਲਾਂ ਜਿਵੇਂ ਮੈਂ ਦੱਸਿਆ ਸੀਗਾ ਇੱਕ ਮੇਰੇ ਵੀਰ ਦਾ ਕਮੈਂਟ ਆਇਆ ਸੀਗਾ ਮੇਰੇ ਘਰਦਿਆਂ ਨੇ ਮੇਰੇ ਨਾਲ ਤੇ ਮੇਰੇ ਘਰਦਿਆਂ ਨੇ ਧੋਕਾ ਕੀਤਾ ਕਹਿੰਦਾ ਬਈ ਤੂੰ ਇਹ ਕਮੈਂਟ ਪੜ ਸਕਦੇ ਹੋ ਕੋਈ ਚੱਕਰ ਨਹੀਂ ਕਹਿੰਦਾ ਬਈ ਇੰਟਰੀ ਵਾਲੇ ਪੇਪਰ ਭਰਤੇ ਤੇ ਵੀ ਕਿਤੇ ਵੀ 1 ਸਾਲ ਦੇ ਵਿੱਚ ਪੱਕਾ ਹੋ ਜਾਊਗਾ ਅੱਛਾ ਦੋਸਤੋ ਬੀਜੀਕਰ ਘਰ ਦਾ ਤੁਹਾਡਾ ਆਉਦਾ ਹੀ ਹੈਗਾ ਉਹਨੇ ਕੋਈ ਗੱਲ ਕੋਈ ਸੋਚ ਸਮਝ ਕੇ ਹੀ ਇਹ ਕਦਮ ਚੁੱਕਿਆ ਹੋਣਾ ਹਨਾ ਕੁਈ ਘਰ ਦਾ ਡੋਬਣ ਵੀ ਨਹੀਂ ਤਰਿਆ ਹੁੰਦਾ ਜਿਵੇਂ ਕਹਿੰਦੇ ਉਹਨਾਂ ਆਪ ਦਾ ਕਹਿੰਦੇ ਵੱਡੂਗਾ ਤਾਂ ਛਾਵੇਂ ਤਾਂ ਸਿੱਟੂਗਾ ਉਹ ਗੱਲ ਹੁੰਦੀ ਆ ਬਈ ਹੋ ਸਕਦਾ ਤੁਹਾਡਾ ਬੰਦਾ ਆਪਦਾ ਘਰ ਦਾ ਕਹਿੰਦਾ ਹੋਵੇ ਕਿਰਨਾਈਟਲੀ ਪਹੁੰਚ ਜੇ ਬੰਦਾ ਹਣਾ ਉਸ ਤੋਂ ਬਾਅਦ ਸਾਰੇ ਹੱਲ ਹੋ ਜਾਂਦੇ ਮੈਂ ਵੀ ਕਹਿੰਨਾ ਮੈਂ ਖੁਦ ਕਹਿੰਨਾ ਵੀ ਜੇ ਮੇਰਾ ਕੋਈ ਇਹ ਰਿਸ਼ਤੇਦਾਰ ਕੋਈ ਯਾਰ ਦੋਸਤ ਇਟਲੀ ਦੇ ਵਿੱਚ ਆਉਂਦਾ ਕਿਰਨਾਈਟਲੀ ਦੇ ਵਿੱਚ ਪਹੁੰਚ ਜੇ ਤੁਹਾਨੂੰ ਪਤਾ ਬਾਹਰ ਆਉਣਾ ਹੀ ਔਖਾ ਤੇ ਇੱਥੇ ਸਾਰੇ ਹੱਲ ਹੋ ਜਾਂਦੇ ਕਿਰਨਾਈਟੇ ਬੰਦਾ ਪਹੁੰਚੇ ਸਹੀ ਸੋ ਇਦਾਂ ਦੀਆਂ ਗੱਲਾਂ ਬਾਤਾਂ ਜਾਂ ਕਮੈਂਟ ਨਹੀਂ ਕਰੀਦੇ ਹੁੰਦੇ ਕਿਸੇ ਆਪ ਦੇ ਦੇ ਖਿਲਾਫ ਜਾਂ ਐਵੇਂ ਕਰਕੇ ਏਜੰਡਾ ਦੇ ਖਿਲਾਫ ਤੁਸੀਂ ਕਰ ਸਕਦੇ ਆ ਹਨ ਤੇ ਹਰੇਕ ਬੰਦਾ ਆਪ ਦੇ ਬਾਰੇ ਆਪ ਦੇ ਘਰ ਦੇ ਰਿਸ਼ਤੇਦਾਰਾਂ ਬਾਰੇ ਸੋਚਦੇ ਹੀ ਸੋਚਦਾ ਅੱਛਾ ਅੰਬੈਸੀ ਅਪਾਇੰਟਮੈਂਟ ਸਭ ਤੋਂ ਵੱਡਾ ਜਿਹੜਾ ਪੰਗਾ ਜਿਹੜਾ ਬਣਿਆ ਵਿਆ ਤੁਸੀਂ ਵੇਖ ਰਹੇ ਆ ਅੰਬੈਸੀ ਅਪਾਇੰਟਮੈਂਟ ਅੰਬੈਸੀ ਅਪਾਇੰਟਮੈਂਟ ਹੋ ਚੁੱਕੀ ਹੈ ਫ੍ਰੀ ਕੋਈ ਪੈਸਾ ਨਹੀਂ ਲੱਗਦਾ ਕੋਈ ਪੈਸਾ ਨਹੀਂ ਫ੍ਰੀ ਹੈ ਜਮ ਬਿਲਕੁਲ ਅੰਬੈਸੀ ਦੀ ਅਪਾਇੰਟਮੈਂਟ ਇਟਲੀ ਅੰਬੈਸੀ ਦੀ ਅਪਾਇੰਟਮੈਂਟ ਬਿਲਕੁਲ ਫ੍ਰੀ ਹੈ ਦੋਸਤੋ ਕਿਵੇਂ ਵੀਰੀਆ ਟੱਲ ਵਾਲੀ ਵੀਡੀਓ ਤੁਸੀਂ ਸੁਣੀ ਲਈ ਹੋਣੀ ਆ ਹਨਾ ਜਿਹਨੇ ਨਹੀਂ ਸੁਣੀ ਪੀ ਕੀ ਪ੍ਰੋਸੈਸ ਕਰਨਾ ਕੀ ਨਹੀਂ ਹੁਣ ਮੇਰੇ ਵੀਰਾਂ ਨੇ ਇੱਥੇ ਕਮੈਂਟ ਕਰਨਾ ਜੇ ਵੀਡੀਓ ਰਿਕਾਰਡ ਕਰਨ ਤੱਕ ਨਹੀਂ ਖੁੱਲੀਆਂ ਖੁੱਲੀਆਂ ਹੁਣ ਸਲੋਟ ਨਹੀਂ ਖੁੱਲਦੇ ਕਈ ਮੇਰੇ ਵੀਰ ਕਹਿੰਗੇ ਭਾਈ ਜੀ ਸਲੋਟ ਨਹੀਂ ਖੁੱਲਾ ਮੈ ਰਿਆ ਸਲੋਟ ਨਹੀਂ ਖੁੱਲਨੇ ਹੁਣ ਉਹ 사이ਟ ਹੀ ਖੁੱਲੂਗੀ ਤੇ ਹੋ ਸਕਦਾ ਕਿਸੇ ਵੇਲੇ ਵੀ ਖੁੱਲ ਜਾਂਦੀ ਹੋ ਹਨਾ ਉਹਦੀ ਕੋਈ ਅਪਡੇਟ ਨਹੀਂ ਕੋਈ ਤੁਹਾਨੂੰ ਮੈਂ ਮੈਥੀ ਦਾਨਾ ਕੋਈ ਤੁਹਾਨੂੰ ਆਈਡੀ ਬਣਾਉਣ ਦੀ ਲੋੜ ਨਹੀਂ ਗਈ ਵੀਐਫਐਸ ਦੀ ਆਈਡੀ ਬਣਾਉਣ ਦੀ ਕੋਈ ਪਾਸਵਰਡ ਰੱਖਣ ਦੀ ਲੋੜ ਨਹੀਂ ਕੁਝ ਨਹੀਂ ਲੋੜ ਬਸ ਜਿਹੜਾ ਮੈਂ ਰਾਤ ਵਾਲੀ ਵੀਡੀਓ ਦੇ ਵਿੱਚ ਕੱਲ ਵਾਲੀ ਵੀਡੀਓ ਦੇ ਵਿੱਚ ਸ਼ੇਅਰ ਕੀਤਾ ਸੀ ਉਸ ਪ੍ਰੋਸੈਸ ਨੂੰ ਤੁਸੀਂ ਫੋਲੋ ਕਰੋ ਹਨਾ ਜਦੋਂ ਵੀ ਉਹ ਸਾਈਟ ਓਪਨ ਮਿਲ ਗਈ ਤੇ ਉਹ ਸਾਈਟ ਓਪਨ ਹੋ ਹੀ ਜਾਣੀ ਹੈ ਕੋਈ ਚੱਕਰ ਨਹੀਂ ਕਿਉਂਕਿ ਇਹਨਾਂ ਨੇ ਪਹਿਲੀ ਵਾਰੀ ਟਰਾਈ ਕੀਤਾ ਇਟਲੀ ਐਮਬੈਸੀ ਨੇ ਜਿਹੜਾ ਕੈਨੇਡਾ ਸਿਸਟਮ ਪਹਿਲੀ ਵਾਰੀ ਟਰਾਈ ਕੀਤਾ ਤੇ ਉਹਨਾਂ ਨੇ ਕੱਲ ਨੋਟਿਸ ਵੀ ਜਾਰੀ ਕੀਤਾ ਸੀ ਵੀ ਇੱਕ ਅੱਜ ਮਤਲਬ 13 ਤਰੀਕ ਨੂੰ ਉਹ ਬੰਦ ਰਹੂਗੀ ਤੇ ਅੱਜ 14 ਹੋ ਗਈ ਆ ਤੇ ਅੱਜ 14 ਨੂੰ ਖੁੱਲਣ ਦੇ ਪੂਰੇ ਚਾਂਸ ਹਨ ਤੇ ਕੌਣ ਕਾਲਮਾ ਮਤਲਬ ਸਹਿਜ ਮਤੇ ਨਾਲ ਇਹ ਨਹੀਂ ਕਿ ਹਵਰਾਦਮੀ ਆਪਾਂ ਮਚਾ ਲੈਨੇ ਆ ਤੇ ਉਹਦਾ ਕਰਕੇ ਵੀ ਸਾਈਟਾਂ ਕਈ ਬਲੌਕ ਹੋ ਜਾਂਦੀਆਂ ਹਨ ਹਣਾ ਕਿਉਂਕਿ ਸਿਸਟਮ ਮੈਂ ਤੁਹਾਨੂੰ ਦੱਸਿਆ ਵੀ ਕਿਵੇਂ ਇਹ ਕਿਵੇਂ ਚੱਕੀਆਂ ਜਾਣਗੀਆਂ ਅਪਾਇੰਟਮੈਂਟਾਂ ਕਿਵੇਂ ਨਹੀਂ ਹਨਾ ਸਾਰਾ ਕੁਝ ਆ ਸਰਕਾਰ ਨੇ ਬਹੁਤ ਵਧੀਆ ਸਿਸਟਮ ਦਿਖਾਉਣਾ ਇਹ ਕੀਤਾ ਤੇ ਹੋ ਸਕਦਾ ਪਈ ਅੱਜ ਖੁੱਲ ਜਾਣ ਖੁੱਲੀ ਜਾਣਗੀਆਂ ਖੁੱਲਣਗੀਆਂ ਕਿਉਂਕਿ ਇਹਨਾਂ ਨੇ ਜਿਹੜੀਆਂ ਅਪਾਇੰਟਮੈਂਟਾਂ ਦਿਤੀਆਂ ਹੁਣ ਮੈਂ ਇੱਥੇ ਹੀ ਦੱਸਦਾ ਅੱਗੇ ਦੱਸਦਾ ਥੋੜੀ ਇਹ ਵੀਡੀਓ ਲੰਬੀ ਹੋ ਜਾਂਦੀ ਹੈ ਕਿਉਂਕਿ ਬਹੁਤ ਗੱਲਾਂ ਹੋ ਜਾਂਦੀਆਂ ਇਸੇ ਚੀਜ਼ ਦੇ ਵਿੱਚ ਅਪਾਇੰਟਮੈਂਟ ਸਿਸਟਮ ਦੇ ਵਿੱਚ ਬਹੁਤ ਗੱਲਾਂ ਹੋ ਜਾਂਦੀਆਂ ਉਸ ਤੋਂ ਬਾਅਦ ਨਵੇਂ ਪੇਪਰਾਂ ਦੀ ਗੱਲ ਵੀ ਕਰਾਂਗੇ ਆਪਾਂ ਵੀ ਕੀ 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 ਪ੍ਰੋਗਰਾਮਾਂ ਦੇ ਪੇਪਰ ਨੂੰ ਲੈ ਉਸ ਤੇ ਕਾ ਤੋਂ ਨਹੀਂ ਨਿਕਰੇ ਅੱਛਾ ਹੋਰ ਜਿਹੜੀ ਅਪਾਇੰਟਮੈਂਟਾਂ ਦੀ ਗੱਲ ਆ ਉਹਦੇ ਵਿੱਚ ਮੰਗੇ ਜਾ ਰਹੇ ਆ ਤੁਹਾਡੇ ਡਾਕੂਮੈਂਟ ਨੂਲਾ ਉਸਤਾ ਤੇ ਪਾਸਪੋਰਟ ਠੀਕ ਆ ਨੂਲਾ ਉਸਤਾ ਤੇ ਪਾਸਪੋਰਟ ਮੰਗੇ ਜਾ ਰਹੇ ਆ ਨੂਲਾ ਉਸਤਾ ਤੇ ਪਾਸਪੋਰਟ ਤੁਸੀਂ ਭੇਜੋਗੇ ਵੀਆਫਐਸ ਨੂੰ ਉਹ ਸ਼ਾਮਲ ਵੀ ਕਰਨਗੇ ਵੀ ਇਹ ਮੈਚ ਕਰਦਾ ਸਾਰਾ ਕੁਝ ਮੈਚ ਕਰਦਾ ਸਾਰਾ ਕੁਝ ਓਕੇ ਆ ਇੱਕ ਦਿਨ ਬਾਅਦ ਦੀ ਹੀ ਅਪਾਇੰਟਮੈਂਟ ਦੇ ਰਹੇ ਆ ਕੱਲ ਬੀਤੇ ਕੱਲ ਬੀਤੇ ਪਰਸੋਂ ਮੇਰੇ ਵੀਰ ਨੇ ਅਪਲਾਈ ਕੀਤਾ ਜਦੋਂ ਇਹ ਖੁੱਲੀ ਸੀ ਸੈਟ ਤੇ ਬੀਤੇ ਕੱਲ ਉਹਨੂੰ ਮੈਸੇਜ ਆ ਗਿਆ ਤੇ ਬੀਤੇ ਕੱਲ ਸ਼ਾਮ ਨੂੰ ਹੀ ਉਹਦੀ ਅਪਾਇੰਟਮੈਂਟ ਦੇਤੀ ਅੰਬੈਸੀ ਨੇ ਇੱਥੇ ਇੱਕ ਗੱਲ ਹੋਰ ਆ ਹੁਣ ਤੁਸੀਂ ਸੈਂਟਰ ਆਪਨੀ ਚੂਜ਼ ਕਰ ਸਕਦੇ ਆ ਆਪਣੀ ਸਿਲੈਕਟ ਕਰ ਸਕਦੇ ਵੀ ਅਸੀਂ ਜਲੰਧਰ ਦੀ ਲੈਣੀ ਹੈ ਕਿ ਚੰਡੀਗੜ੍ਹ ਦੀ ਕਿ ਦਿੱਲੀ ਦੀ ਉਹ ਐਂਬੈਸੀ VFS ਨੇ ਤੁਹਾਨੂੰ ਮੇਲ ਕਰਕੇ ਹੀ ਦੱਸਣਾ ਵੀ ਕਿੱਥੋਂ ਦੀ ਤੁਹਾਡੀ ਅਪਾਇੰਟਮੈਂਟ ਆ ਕਿੰਨੀ ਤਰੀਕ ਦੀ ਆ ਹੋ ਸਕਦਾ ਜੇਕਰ ਅੱਜ ਖੁੱਲੀਆਂ ਤੁਸੀਂ ਆਪਣਾ ਬਾਇਓਡਾਟਾ ਅਪਲਾਈ ਕਰਤਾ ਤੇ ਤੁਹਾਨੂੰ ਕੱਲ ਦੀ ਮਿਲ ਜੇ ਜਾਂ ਪਰਸੋਂ ਦੀ ਮਿਲ ਜੇ ਕੰਮ ਬਹੁਤ ਇਹਨਾਂ ਨੇ ਤੇਜ਼ ਕਰਤਾ ਹਨਾ ਪ੍ਰੋਸੈਸ ਬਹੁਤ ਤੇਜ਼ ਕਰਤਾ ਸੋ ਆਪ ਕੋ ਆਪਣੇ ਡਾਕੂਮੈਂਟ ਜਿਹੜੇ ਤਿਆਰ-ਵਾਰ ਤਿਆਰ ਰੱਖਿਓ ਇਹ ਉਹ ਮੇਰਾ ਵੀਰ ਕੱਲ ਵੀਰ ਨੂੰ ਅਪਾਇੰਟਮੈਂਟ ਦੀ ਮੇਲ ਆ ਗਈ ਰਾਤ ਦੀ ਹਨਾ ਰਾਤ ਦੀ ਮੇਰਾ ਕਿ ਉਹਨੂੰ ਸਵੇਰ ਉੱਠ ਕੇ ਵੇਖਿਆ ਵੀ ਸ਼ਾਮ ਦੇ ਦੁਪਹਿਰ ਬਾਅਦ ਦੀ 2:30 2:30 ਵਜੇ ਦੀ ਦਿੱਲੀ ਦੀ ਅਪਾਇੰਟਮੈਂਟ ਉਹਨੂੰ ਮਿਲ ਗਈ। ਸਵੇਰ ਉਹ ਪੰਜਾਬ ਦੇ ਵਿੱਚ ਪਿਆ ਸਵੇਰ ਉੱਠ ਕੇ ਵੇਖਿਆ ਤੇ ਇਨੇ ਟਾਈਮ ਦੇ ਵਿੱਚ ਦਿੱਲੀ ਪਹੁੰਚਣਾ ਔਖਾ ਹੋ ਜਾਂਦਾ। ਹੈਨਾ? ਸੋ ਸਾਰਾ ਕੁਝ ਆਪਣਾ ਤੰਦ ਪੈੜਾ ਜਿਹੜਾ ਤਿਆਰ ਰੱਖਿਓ, ਬੋਰੀਆ ਬਿਸਤਰ ਬੰਨ ਕੇ ਰੱਖਿਓ। ਕਿਸੇ ਲਈ ਭੱਜਣਾ ਪੈ ਸਕਦਾ ਜਦੋਂ ਵੀ ਅਪਾਇੰਟਮੈਂਟ ਮਿਲ ਗਈ। ਹੁਣ ਉਹ ਸਿਸਟਮ ਨਹੀਂ ਰਿਹਾ ਵੀ ਆਪਾਂ ਮਹੀਨੇ ਬਾਅਦ ਹੀ ਚੱਕ ਲਗੇ ਜਾਂ 2 ਮਹੀਨੇ ਬਾਅਦ ਹੀ ਚੱਕ ਕੇ 10 ਦਿਨਾਂ ਬਾਅਦ ਹੀ ਚੱਕ ਲਗੇ ਖਾਸ ਕਰਕੇ ਜਿਹੜੇ ਮੇਰੇ ਵੀਰ ਬੈਠੇ ਆ ਆਊਟ ਆਫ ਇੰਡੀਆ ਜਾਂ ਦੁਬਈ ਆ ਵੀ 아부다비 ਜਾਂ ਕਿਸੇ ਵੀ ਕੰਟਰੀ ਬੈਠੇ ਇਹ ਨਾ ਹੁਣ ਸੋਚੋ ਵੀ ਸਾਡੀ ਅਪਾਇੰਟਮੈਂਟ ਮਹੀਨੇ ਬਾਅਦ ਹੀ ਚ ਕਰਦੇ ਹੋ ਨਹੀਂ ਜਦੋਂ ਅਪਲਾਈ ਕਰਤੀ ਉਦੋਂ ਹੀ ਉਹਦੀ ਅਪਾਇੰਟਮੈਂਟ ਦੀ ਡੇਟ ਆਉਣੀ ਆ ਡੇਟ ਤੇ ਟਾਈਮ ਐਮਬੈਸੀ ਨੇ ਦੇਣਾ ਸੋ ਮੇਰੇ ਵੀਰ ਵੇਣੇ ਆ ਆਉਣ ਵਾਲੇ ਇਹਨਾਂ ਦਿਨਾਂ ਦੇ ਵਿੱਚ ਇਹ ਸਿਸਟਮ ਸਭ ਤੋਂ ਵਧੀਆ ਸਿਸਟਮ ਲੱਗਾ ਕਿਉਂਕਿ ਇੱਕ ਦਿਨ ਦੇ ਵਿੱਚ ਅਪਾਇੰਟਮੈਂਟ ਦੇ ਰਹੀ ਐ ਅੰਬੈਸੀ ਤੇ ਵੀ ਜੇ ਸਾਰਾ ਕੁਝ ਸ਼ਾਨਬੀਨ ਕਰ ਰਹੀ ਐ ਕਿਉਂਕਿ ਅੰਬੈਸੀ ਅਪਾਇੰਟਮੈਂਟ ਹੁਣ ਤਾਂ ਹੀ ਦੇਊਗੀ ਜੇ ਸਾਰਾ ਕੁਝ ਤੁਹਾਡਾ ਓਕੇ ਹੋਊਗਾ ਹੈਨਾ ਤੇ ਅੱਗੇ ਮੈਂ ਇਹ ਵੀ ਦੱਸਦਾ ਬਈ ਜਿਹਦਾ ਸਾਰਾ ਕੁਝ ਓਕੇ ਨਹੀਂ ਐ ਨੂੰਲਾ ਉਸਤਾਦ ਸਹੀ ਨਹੀਂ ਐ ਫੇਕ ਆ ਉਹ ਵੀ ਮੈਂ ਅੱਗੇ ਅੱਗੇ ਦੱਸਦਾ ਵੈਦ ਪ੍ਰੂਫ ਦੱਸੂਗਾ ਤੁਹਾਨੂੰ ਦੋਸਤੋ ਤੇ ਜਿਹਦਾ ਸਾਰਾ ਕੁਝ ਓਕੇ ਆ ਉਹਨੂੰ ਅੰਬੈਸੀ ਨੇ ਹਾਂ ਕਰ ਦੇਣੀ ਐ ਆਜੋ ਪਾਸਪੋਰਟ ਦਿਓ ਤੇ ਠੱਪਾ ਲਵਾ ਕੇ ਆਪਦਾ ਪਾਸਪੋਰਟ ਲੈ ਜਾਓ ਕਿਉਂਕਿ ਹੁਣ ਉਹ ਸਿਸਟਮ ਇਹਨਾਂ ਨੇ ਪਹਿਲਾਂ ਹੀ ਕਰਤਾ ਤੁਹਾਨੂੰ ਜਾਣ ਦੀ ਲੋੜ ਨਹੀਂ ਤੁਸੀਂ ਅਪਾਇੰਟਮੈਂਟ ਲੈਣ ਵੇਲੇ ਹੀ ਸਾਰਾ ਕੁਝ ਉਹਨਾਂ ਨੇ ਚੈੱਕ ਕਰ ਲੈਣਾ ਤੇ ਫੇਰ ਹੀ ਤੁਹਾਡਾ ਪਾਸਪੋਰਟ ਰੱਖਣਾ ਤੇ ਨਹੀਂ ਤਾਂ ਰੱਖਣਾ ਨਹੀਂਗਾ ਠੀਕ ਹੈ ਜੇ ਪਾਸਪੋਰਟ ਉਹਨੇ ਮੰਗ ਲਿਆ ਅਪਾਇੰਟਮੈਂਟ ਦੇ ਦਿੱਤੀ ਤੁਹਾਨੂੰ ਅਪਾਇੰਟਮੈਂਟ ਤੇ ਜਾਓਗੇ ਪਾਸਪੋਰਟ ਜਮ੍ਹਾਂ ਕਰਾਓਗੇ ਤੇ ਨੂੰਲਾ ਉਸ ਦਾ ਤਾਂ 100% ਪੱਕਾ ਤੇ ਨੂੰਲਾ ਨਹੀਂ ਸੋਰੀ ਵੀਜ਼ਾ ਵੀਜ਼ਾ 100% ਪੱਕਾ ਅੱਛਾ ਇਹ ਨਾਲ ਹੀ ਮੇਰੇ দাদা ਭਈ ਇੱਕ ਮੇਰੇ ਵੀ ਦਾ ਕਮੈਂਟ ਸੀਗਾ ਦੁਬਈ ਤੋਂ ਇਟਲੀ ਵੀਜ਼ਾ ਅਪਲਾਈ ਕਿਵੇਂ ਕਰ ਸਕਦੇ ਆ ਉਹ ਮੈਂ ਬਾਅਦ ਚ ਗੱਲ ਦੱਸੂਗਾ ਅਪਾਇੰਟਮੈਂਟ ਆ ਤੇ ਇਹ ਫੇਰ ਚੱਲਦੇ ਆ ਅਪਾਇੰਟਮੈਂਟਾਂ ਤੋਂ ਲੈ ਕੇ ਵੀਜ਼ਾ ਲੱਗਣ ਤੱਕ ਦਾ ਕੀ ਪ੍ਰੋਸੈਸ ਆ ਕਵੀਰ ਨੇ ਬਹੁਤ ਵਧੀਆ ਕਮੈਂਟ ਕੀਤਾ ਸੀਗਾ ਕੀ ਪ੍ਰੋਸੈਸ ਕੋਈ ਵੀਡੀਓ ਬਣਾਓ ਸੋ ਵੀਰ ਮੇਰੇ ਵੀਡੀਓ ਮੈਂ ਇਹ ਨਹੀਂ ਬਣਾਉਣੇਗੀ ਪੁਆਇੰਟਮੈਂਟ ਤੋਂ ਲੈ ਕੇ ਵੀਜ਼ੇ ਤੱਕ ਦਾ ਪ੍ਰੋਸੈਸ ਨਹੀਂ ਬਣਾਉਣਾ ਕਿਉਂਕਿ ਆਪਣੇ ਨਾਲ ਬਹੁਤ ਪੁਰਾਣੇ ਜਿਹੜੇ ਜੁੜੇ ਆ ਉਹ ਤਾਂ ਚਲੋ ਕਈ ਇਟਲੀ ਦੇ ਵਿੱਚ ਆ ਗਏ ਨਵੇਂ ਜਿਹੜੇ ਜੁੜੇ ਨਾ ਵੀਜ਼ੇ ਤੋਂ ਲੈ ਕੇ ਨਹੀਂ ਪੇਪਰ ਭਰਨ ਤੋਂ ਲੈ ਕੇ ਇਟਲੀ ਦੇ ਵਿੱਚ ਪੇਪਰ ਮੈਲਨ ਤੱਕ ਦੇ ਪ੍ਰੋਸੈਸ ਦੀ ਮੈਂ ਵੀਡੀਓ ਬਣਾਉਂਗਾ ਤੁਹਾਡੇ ਨਾਲ ਵੀਡੀਓ ਹੋ ਜਾਣੀ ਕਿਸੇ ਦਿਨ ਲੰਮੀ ਬਹੁਤ ਸਪੈਸ਼ਲ ਵੀਡੀਓ ਬਣਾਉਂਗਾ ਵੀ ਪੇਪਰ ਭਰਨ ਤੋਂ ਲੈ ਕੇ ਵੀਜ਼ਾ ਲੱਗਣੋਂ ਦਾ ਇਟਲੀ ਵਿੱਚ ਆਉਣ ਤੱਕ ਉੱਥੇ ਕੀ ਹੁੰਦਾ ਕਿ ਕੀ ਨਹੀਂ ਵੀ ਪੇਪਰ ਇਟਲੀਏ ਕਿਦੋਂ ਕਿਵੇਂ ਮਿਲਦੇ ਆ ਸਾਰੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਵੇਡ ਕਰਿਓ ਆਪਣੀ ਉਸ ਵੀਡੀਓ ਦਾ ਤੇ ਇਹ ਫੁੱਲ ਵੀਡੀਓ ਮੈਂ ਲੈ ਕੇ ਆਉਂਗਾ ਤੇ ਇੱਕ ਫੁੱਲ ਵੀਡੀਓ ਵੀ ਤੁਹਾਡੇ ਵਾਸਤੇ ਵੀਰ ਮਾਰੇ ਪੁੱਛਦੇ ਸੀ ਵੀ ਕਿਹੜੇ ਕਿਹੜੇ ਵੀਐਫਐਸ ਦੇ ਵਿੱਚ ਆਪਾਂ ਜਦੋਂ ਪੇਪਰ ਜਮਾ ਕਰਾਉਣ ਜਣਾ ਆਪਾਂ ਕਿਹੜੇ ਕਿਹੜੇ ਪੇਪਰ ਲੈ ਕੇ ਜਾਣੇ ਆ ਵੀਰ ਮੇਰਾ ਟੈਂਸ਼ਨ ਕੋਈ ਨਾ ਲਿਓ ਤੁਹਾਡੇ ਕੋਲੇ ਜੇ ਨੂਲਾ ਆਫਤਾ ਮਿਲ ਗਿਆ ਨਾ ਨੂਲਾ ਉਸ ਤੇ ਦੇ ਨਾਲ ਸੀ ਸਟੇਜ ਫਾਰਮ ਹੋਊਗਾ ਤੇ ਇੱਕ ਨੂਲਾ ਆਫਤਾ ਇੱਕ ਸੀ ਸਟੇਜ ਫਾਰਮ ਇੱਕ ਮਾਲਕ ਦੀ ਡਿਗਰਾ ਸੋਨੀ ਤੇ ਇੱਕ ਮਾਲਕ ਦਾ ਆਈਡੀ ਪ੍ਰੂਫ ਚਾਰ ਪੇਪਰ ਇਟਲੀ ਤੋਂ ਤੇ ਪੰਜਵਾਂ ਚਾਹੀਦਾ ਤੁਹਾਡਾ 3 ਮਹੀਨੇ ਦਾ ਮੈਡੀਕਲ ਟਰੈਵਲ ਇੰਸ਼ੋਰੈਂਸ ਉਹ ਵੀ ਅੰਬੈਸੀ ਦੇ ਅੰਦਰ ਹੀ ਹੋ ਜਾਂਦਾ ਉਹਦੀ ਵੀ ਤੁਸੀਂ ਟੈਂਸ਼ਨ ਨਾ ਲਓ ਠੀਕ ਇੱਕ ਚਾਹੀਦੀ ਹੈ ਡਮੀ ਟਿਕਟ ਡਮੀ ਟਿਕਟ ਤੁਹਾਨੂੰ ਜਰੂਰ ਖਰੀਦ ਲੈਣੀ ਹੈ ਕਿ ਹੈ ਏਜੰਸੀ ਤੋਂ ਕਿਸੇ ਟਿਕਟਾਂ ਤੋਂ ਬਈ ਅਸੀਂ ਇੰਨੀ ਤਰੀਕ ਤੋਂ ਡਮੀ ਟਿਕਟ ਬਸ ਕੁਝ ਨਹੀਂ ਹੋਰ ਚਾਹੀਦਾ ਕੱਖ ਵੀ ਨਾ ਲੈ ਕੇ ਜਾਇਓ ਮੇਰੇ ਭਾਈ ਕੱਖ ਦੀ ਟੈਨਸ਼ਨ ਨਾ ਲਿਓ ਇਹ ਚੀਜ਼ਾਂ ਜਿਹੜੀਆਂ ਇਡਲੀ ਦਵਾਈਆਂ ਹਨ ਇਹ ਚੀਜ਼ਾਂ ਤੁਹਾਡੇ ਕੋਲ ਸਪੈਸ਼ਲ ਚਾਹੀਦੀਆਂ ਬਾਕੀ ਸਾਰਾ ਕੁਝ ਅੰਬੈਸੀ ਦੇ ਅੰਦਰ ਹੀ ਹੋ ਜਾਂਦਾ ਸਾਰਾ ਕੁਝ ਫੈਲ ਭਰ ਵੀ ਉਹ ਦਿੰਦੇ ਆ ਸਾਰਾ ਕੁਝ ਉਹ ਕਰ ਦਿੰਦੇ ਆ ਬਸ ਤੁਹਾਡੇ ਕੋਲੇ ਅਪਾਇੰਟਮੈਂਟ ਲੈਟਰ ਹੋਣਾ ਚਾਹੀਦਾ ਅਪਾਇੰਟਮੈਂਟ ਮਿਲ ਗਈ ਸਾਰਾ ਕੁਝ ਅੰਬੈਸੀ ਦੇ ਅੰਦਰ ਹੀ ਉਹਨਾਂ ਨੇ ਕਰ ਦੇਣਾ ਡੰਮੀ ਟੈਕਟ ਮੇਰੇ ਹਸਾਣਾ ਉਹ ਅੰਦਰੋਂ ਦੇ ਦੇ ਦੇਣਗੇ ਕਿਉਂਕਿ ਜੇ ਸਾਰੇ ਡਾਕੂਮੈਂਟੇਸ਼ਨ ਸਹੀ ਹੈ ਤੁਹਾਡੇ ਸਾਰਾ ਕੁਝ ਆਲ ਓਕੇ ਹੈਗਾ ਫੇਰ ਹੀ ਤੁਹਾਨੂੰ ਅਪਾਇੰਟਮੈਂਟ ਮਿਲੂਗੀ ਹਨਾ ਤੇ ਜੇ ਸਾਰਾ ਕੁਝ ਓਕੇ ਹੈ ਤੇ ਬਸ ਤੁਸੀਂ ਕੀ ਲੈ ਕੇ ਜਾਣਾ ਆਪਦਾ ਆਪ ਲੈ ਕੇ ਜਾਣਾ ਆਪਦਾ ਪਾਸਪੋਰਟ ਨਾਲ ਇਹਦੇ ओरिजिनल ਪਾਸਪੋਰਟ ਲੈ ਕੇ ਜਾਣਾ ਬਸ ਅੰਬੈਸੀ ਦੇ ਵਿੱਚ ਇੱਕ ਐਪੀਕ ਮਿਲਦਾ ਹੁੰਦਾ ਪਤਾ ਨਹੀਂ ਕੀ ਉਹਨੂੰ ਕਹਿੰਦੇ ਆ ਤੇ ਅ ਕੁਛ ਪਤਾ ਨਹੀਂ ਕੀ ਕੀ ਨਾ ਯਾਰ ਚਲੋ ਛੱਡੋ ਅੰਬੈਸੀ ਦੇ ਵਿੱਚ ਹੀ ਮਤਲਬ ਸਾਰਾ ਕੁਝ ਹੋ ਜਾਣਾ ਤੁਹਾਨੂੰ ਬਾਹਰ ਕੁੱਖ ਕਰਾਉਣ ਦੀ ਲੋੜ ਨਹੀਂ ਕੋਈ ਫੇਲ ਤਿਆਰ ਕਰਾਉਣ ਦੀ ਲੋੜ ਨਹੀਂ ਕੋਈ ਕੁਛ ਨਹੀਂ ਹਾਂ ਮਾਤੜ ਬੰਦੇ ਜਿਹੜੇ ਜਿਨ੍ਹਾਂ ਨੇ ਅਪਾਇੰਟਮੈਂਟ ਵਿਦ ਫੇਲ ਦਾ ਕਿਸੇ ਨਾਲ ਕਿਸੇ ਨਾਲ ਕੇਨਾਲ ਟਾਈਪ ਅਪ ਕੀਤਾ ਉਹ ਜ਼ਰੂਰ ਕਰਵਾ ਸਕਦੇ ਆ ਬਾਕੀ ਦਰਨ ਦੀ ਲੋੜ ਨਹੀਂ ਕਿ ਸਾਰਾ ਕੁਝ ਅੰਬੈਸੀ ਦੇ ਵਿੱਚ ਹੋ ਜਾਣਾ ਬਸ ਤੁਹਾਡੇ ਜਿਹੜੇ ਇੰਡੀ ਇਟਲੀ ਤੋਂ ਪੇਪਰ ਗਏ ਆ ਤੁਹਾਡੇ ਕੋਲ ਹੋਣੇ ਚਾਹੀਦੇ ਆ ਸਾਰਾ ਕੁਝ ਓਕੇ ਉੱਕੀ ਦੀ ਰਿਪੋਰਟ ਹੋਣਾ ਚਾਹੀਦਾ ਅੱਛਾ ਦੁਬਈ ਤੋਂ ਇਟਲੀ ਕਿਵੇਂ ਆ ਸਕਦੇ ਆ ਦੁਬਈ ਤੋਂ ਇਟਲੀ ਕਿਵੇਂ ਵੀ ਨਹੀਂ ਆ ਸਕਦੇ ਆਪਾਂ ਦੁਬਈ ਤੋਂ ਇਟਲੀ ਆਪਾਂ ਆ ਸਕਦੇ ਆ ਇਟਲੀ ਦੇ ਪੇਪਰ ਭਰ ਕੇ ਠੀਕ ਆ ਇਟਲੀ ਦੇ ਪੇਪਰ ਨਾਉਮ ਹੀ ਨਹੀਂ ਆਲੇ ਸੀਜ਼ਨਲ ਨਾਉ ਸੀਜ਼ਨਲ ਘਰਾਂ ਵਾਲੇ ਪੇਪਰ ਪਰਕੀ ਆ ਪਾ ਸਕਦੇ ਆ ਜੇਕਰ ਪਰ ਉਹਦੇ ਵਾਸਤੇ ਤੁਹਾਨੂੰ ਇਟਲੀ ਦੇ ਪੇਪਰ ਭਰੋਣੇ ਪੈਣੇ ਆ ਜੇ ਪੇਪਰ ਨਿਕਲਿਆ ਏ ਤਾਂ ਤੁਹਾਨੂੰ ਫੇਰ ਇੰਡੀਆ ਵਾਪਸ ਇੰਡੀਆ ਜਾਣਾ ਪੈਣਾ ਇਹ ਲੋਕ ਦੇ ਤਰਨੇ ਕਲੇ ਇੰਡੀਆ ਜਾਣਾ ਪੈਣਾ ਹੈ ਇੰਡੀਆ ਜਾ ਕੇ ਐਂਬੈਸੀ ਤੋਂ ਵੀਜ਼ਾ ਲਗਵਾ ਕੇ ਤੇ ਫੇਰ ਇਟਲੀ ਆਉਣਾ ਪੈਣਾ ਇਹ ਨਹੀਂ ਬਈ ਦੁਬਈ ਤੋਂ ਸਿੱਧੀ ਇਟਲੀ ਦੀ ਤੁਸੀਂ ਫਲੈਟ ਫੜ ਸਕਦੇ ਆ ਅੱਛਾ ਨਵੇਂ ਨੂਲੇ ਉੱਤੇ ਆ ਨਵੇਂ ਨੂਲੇ ਉੱਤੇ ਜਿਹੜੇ ਮੇਰੇ ਵੀਰ ਵੇਟ ਕਰ ਰਹੇ ਆ ਵੀ ਪੇਪਰ ਨਹੀਂ ਨਿਕਲੇ ਭਾਜੀ ਪੇਪਰ ਹਜੇ ਨਹੀਂ ਨਿਕਲੇ ਉਹਨਾਂ ਤੇ ਇੱਕ ਸਟਾਪ ਲੱਗਾ ਹੋਇਆ ਦੋਸਤੋ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਸਟਾਪ ਲੱਗਾ ਹੋਇਆ ਨਵੇਂ ਨੂਲੇ ਉੱਤੇ ਜਿਹੜੇ ਕੋਟਿਆਂ ਦੇ ਵਿੱਚ ਆ ਵੀ ਗਏ ਆ ਉਹ ਵੀ ਨਹੀਂ ਨਿਕਰੇ ਕਿਸੇ ਪਾਸੇੋਂ ਵੀ ਨਹੀਂ ਨਿਕਰੇ ਤੁਸੀਂ ਸਾਰੇ ਦੇਖਦੇ ਆਂ ਕਮੈਂਟ ਪੜ੍ਹਦੇ ਆਂ ਗਰੁੱਪਾਂ ਦੇ ਵਿੱਚ ਦੇਖਦੇ ਆਂ ਕਿਸੇ ਪਾਸੇੋਂ ਨੂੰ ਲਾਫਤਾ ਉਸ ਤੋਂ ਬਾਅਦ ਜਾਰੀ ਨਹੀਂ ਹੋਇਆ ਜਿਹੜੀ ਦਾ ਲਾਹਟ ਤਰੀਕ ਸੀ ਤੇ ਹੋ ਸਕਦਾ ਕਿਉਂਕਿ ਅੱਜ ਮੈਂ ਇਹ ਵੈਬਸਾਈਟ ਵੀ ਖੋ ਕੇ ਵੇਖੀ ਸੀਗੀ ਦੁਪਹਿਰ ਵੇਲੇ ਉਹਦੇ ਤੇ ਵੀ ਵੈਬਸਾਈਟ ਟੈਕਨੀਕਲ ਇਸ਼ੂ ਆ ਰਿਹਾ ਸੀ ਕੋਈ ਮਤਲਬ ਟੈਕਨੀਕਲ ਪ੍ਰੋਬਲਮ ਆ ਰਹੀ ਸੀ ਵੈਬਸਾਈਟ ਦੇ ਵਿੱਚ ਜਿੱਥੋਂ ਨੂੰ ਲਿਓ ਉਸ ਤੇ ਜਾਰੀ ਹੁੰਦੇ ਆ ਨਾ ਜਿਹੜੀ ਸਰਕਾਰੀ ਮਿਨਿਸਟਰ ਆਫ ਇੰਟਰਨਲ ਦੀ ਵੈਬਸਾਈਟ ਸੀਗੀ ਤੇ ਉਹਦੇ ਵਿੱਚ ਕੋਈ ਇਸ਼ੂ ਆ ਰਿਹਾ ਸੀ ਕੋਈ ਇਸ਼ੂ ਹੈਗਾ ਹੋ ਸਕਦਾ ਆ ਜੀ 7 ਜਿਹੜੀ ਇੱਥੇ ਚੱਲ ਰਹੀ ਹੈ ਮੀਟਿੰਗ ਮੋਦੀ ਵੀ ਸਾਡੇ ਗਵਾਂੜ ਉੱਤਰਿਆ ਵਿਆ ਕੱਲ ਦਾ ਤੇ ਇਹਦਾ ਕਰਕੇ ਉਹ ਕੋਈ ਨਾ ਕੋਈ ਹੈ ਚੱਕਰ ਕੋਈ ਬਾਕੀ ਜਿਹਦਾ ਕੋਟੇ ਦੇ ਵਿੱਚ ਆ ਗਿਆ ਤੇ ਉਹਨਾਂ ਦੇ ਨਿਕਲਣਗੇ ਜਰੂਰ ਅੱਛਾ ਅੱਗੇ 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 ਇੱਕ ਭੈਣ ਦਾ ਕਮੈਂਟ ਸੀਗਾ ਭੈਣ ਨੇ ਕਮੈਂਟ ਕੀਤਾ ਸੀਗਾ ਵੀ ਇੰਸਟਾਗ੍ਰam ਤੇ ਭਾਜੀ ਤੁਹਾਨੂੰ ਬਹੁਤ ਮੈਸੇਜ ਕੀਤੇ ਐ ਬਹੁਤ ਬਹੁਤ ਜਿਆਦਾ ਮੈਸੇਜ ਕੀਤੇ ਤੁਹਾਡੀ ਵੀਡੀਓ ਵੇਖਦੇ ਐ ਇੰਸਟਾਗ੍ਰam ਤੇ ਸੋ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਭੈਣ ਦਾ ਹਨਾ ਇਹ ਇਹਨਾਂ ਨੇ ਦੱਸਿਆ ਸੀਗਾ ਕਮੈਂਟ ਕੀਤਾ ਸੀਗਾ ਵੀ ਪਹਿਲੇ ਤਾਂ ਮੈਸੇਜ ਦੱਸਣਾ ਬਈ ਦੋਸਤੋ ਵੀ ਇੰਸਟਾਗ੍ਰam ਤੇ ਫੇਸਬੁੱਕ ਫੇਸਬੁੱਕ ਤੇ ਇੰਸਟਾਗ੍ਰam ਤੇ ਜਾਂ YouTube ਤੇ ਤੁਸੀਂ ਨਹੀਂ ਵੇਖਿਆ ਹੋਣਾ ਮੈਂ ਕਿਸੇ ਕਮੈਂਟ ਦਾ ਜਵਾਬ ਦਿੱਤਾ ਹੋਏ ਨਹੀਂ ਟਾਈਮ ਲੱਗਦਾ ਮੇਰੇ ਕੋਲ ਨਾ ਮੈਂ ਕਿਉਂਕਿ ਮੇਰੇ ਕੋਲ ਪਲੇਟਫਾਰਮ 4-5 ਆ ਹਨਾ ਕਿਸੇ ਦਾ ਜਵਾਬ ਨਹੀਂ ਦਿੱਤਾ ਜਾਂਦਾ ਕਮੈਂਟ ਦਾ ਜਵਾਬ ਨਹੀਂ ਦਿੱਤਾ ਜਾਂਦਾ ਨਹੀਂ ਇਸੇ ਮੈਂ ਪਹਿਲਾਂ ਹੀ ਸੌਰੀ ਕਹਿ ਦਉ ਨਾ ਹਾਂ ਮੈਂ ਕਮੈਂਟ ਪੜ ਲੈਂਦਾ ਹੁਣ ਕਿਉਂਕਿ ਸਾਰੇ ਕਮੈਂਟ ਪੜ ਕੇ ਏ ਹੀ ਮੈਂ ਵੀਡੀਓ YouTube ਵਾਲੇ ਕਮੈਂਟ ਪੜ ਕੇ ਹੀ ਮੈਂ ਵੀਡੀਓ ਰਿਕਾਰਡ ਕਰਦਾ ਹੁੰਦਾ ਸ਼ਾਮ ਵੇਲੇ ਇੰਨਾ ਟਾਈਮ ਹੀ ਨਹੀਂ ਹੁੰਦਾ ਵੀ ਇੱਕ ਵਾਰੀ ਵੀਡੀਓ ਰਿਕਾਰਡ ਕਰਤੀ ਫਿਰ ਮੈਂ ਅ ਘੜੀ-ਮੁੜੀ ਕਮੈਂਟ ਪੜੀ ਜਾਵਾਂ ਬਈ ਕੀ ਐ ਕੀ ਨਹੀਂ ਇੰਨਾ ਟਾਈਮ ਕੋਲ ਹੈ ਨਹੀਂ ਬਾਕੀ Instagram ਤੇ ਤਾਂ ਵੈਸੇ ਹੀ ਟਾਈਮ ਨਹੀਂ ਜ਼ਿਆਦਾ ਮੇਰਾ ਹਾਜ਼ਰੀ ਲਗਾਉਣ ਦਾ ਅਛਾ ਭੈ ਦਾ ਕਮੈਂਟ ਸੀਗਾ ਬਈ ਕੋਈ ਸਹੀ ਬੰਦਾ ਦੱਸੋ ਜਿਹੜਾ ਇੱਕ ਨੰਬਰ ਦੇ ਵਿੱਚ ਅਪਾਇੰਟਮੈਂਟ ਲੈ ਕੇ ਦੇ ਦੇਵੇ ਫਿਰ ਆ ਗਈ ਗੱਲ ਅਪਾਇੰਟਮੈਂਟਾਂ ਦੀ ਭੈਣ ਮੇਰੇ ਤੁਹਾਡੇ ਨਾਲੋਂ ਸਹੀ ਬੰਦਾ ਕੋਈ ਨਹੀਂ ਹੋ ਸਕਦਾ ਵੀਰ ਮੇਰੇ ਬਿਨੂਲ ਕਰ ਲਓ ਤੁਹਾਡੇ ਆਪ ਨਾਲੋਂ ਤੁਹਾਡੇ ਖੁਦ ਦੇ ਨਾਲੋਂ ਸਹੀ ਬੰਦਾ ਕੋਈ ਨਹੀਂ ਹੋ ਸਕਦਾ ਹਨਾ ਅੱਜ ਕੱਲ ਸਾਰੇ ਉਸਤਾਦ ਹੀ ਆ ਸੋ ਸਿਸਟਮ ਮੈਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਦੱਸਦਾ ਕਿ ਕਿਵੇਂ ਅਪਾਇੰਟਮੈਂਟ ਬੁੱਕ ਕਰਨੀ ਹੈ ਹਨਾ ਜੇਕਰ ਫੇਰ ਵੀ 72 ਬੰਦੇ ਹੈਗੇ ਆ ਤੁਸੀਂ ਫੇਰ ਵੀ ਜਿਆਦਾ ਮਾਤਲ ਬੰਦੇ ਨਹੀਂ ਪਤਾ ਲੱਗਦਾ ਤੇ ਫੇਰ ਤਾਂ ਤੁਹਾਨੂੰ ਕਹੇ ਅਜੰਟਾ ਦਾ ਏਜੰਸੀ ਦਾ ਸਹਾਰਾ ਲੈਣਾ ਪੈਣਾ ਉਹਦੇ ਵਾਸਤੇ ਤੁਸੀਂ ਮੈਂ ਇੱਕ ਹੀ ਨੰਬਰ ਛੱਡਦਾ ਹਾਂ ਨਾ चौहान ਵੀਰ ਦਾ ਉਹਦੇ ਨਾਲ WhatsApp ਤੇ ਕੰਟੈਕਟ ਕਰ ਸਕਦੇ ਹਣਾ चौहान ਵੀਰ ਨਾਲ ਜੇਕਰ ਤੁਸੀਂ ਆਪ ਚੱਕ ਸਕਦੇ ਆ ਪੁਆਇੰਟ ਬੈਟ ਕੋਈ ਵੱਡੀ ਗੱਲ ਨਹੀਂ ਕੀ ਕੋਈ ਵੀ ਵੱਡੀ ਗੱਲ ਨਹੀਂ ਕੀ ਸਹੀ ਹੈ ਕੁਝ ਨਹੀਂ ਕਰਨਾ ਕੋਈ ਆਈਡੀ ਬਣਾਉਣੀ ਕੁਝ ਨਹੀਂ ਬਣਾਉਣਾ ਮੈਂ ਕੱਲ वाली ਵੀਡੀਓ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਅੱਜ ਵਾਲੀ ਵੀਡੀਓ ਦੇ ਇਸ ਵੀਡੀਓ ਦੇ ਵਿੱਚ ਵੀ ਥੱਲੇ ਕਮੈਂਟ ਬਾਕਸ ਦੇ ਵਿੱਚ ਲਿੰਕ ਸ਼ੇਅਰ ਕਰਨਾ ਉਸ ਲਿੰਕ ਤੇ ਕਲਿੱਕ ਕਰਨਾ ਤੁਸੀਂ ਤੇ ਬੁੱਕ ਨਾਓ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਤੁਸੀਂ ਬਸ ਸਾਰਾ ਕੁਝ ਆਦਾ ਬਾਇਓ ਡਾਟਾ ਨੰਬਰ ਪਾਸਪੋਰਟ ਦਾ ਸਾਰਾ ਕੁਝ ਬਾਇਓ ਡਾਟਾ ਭਰਨਾ ਤੁਹਾਡੀ ਅਪਾਇੰਟਮੈਂਟ ਆਟੋਮੈਟਿਕ ਜਦੋਂ ਖੁੱਲੂਗੀ ਉਦੋਂ ਹੀ ਬੁੱਕ ਹੋਊਗੀ ਉਹ ਤੇ ਤੁਸੀਂ ਸਾਰਾ ਕੁਝ ਕਰਕੇ ਆਪ ਕਰ ਸਕਦੇ ਆ ਇਹ ਨਹੀਂ ਵੀ ਜਿਹੜੇ ਮੇਰੇ ਵੀਰ ਕਹਿੰਦੇ ਆ ਵੀ ਉਹ ਸਾਈਡ ਖੁੱਲਣੀ ਨਹੀਂ ਤਈ ਵੀ ਤੁਹਾਡੇ ਆਸਤੇ ਨਹੀਂ ਖੁੱਲ ਰਹੀ ਵੀ ਏਜੰਟਾਂ ਆਸਤੇ ਖੁੱਲ ਗਈ ਹੋਗੀ ਨਹੀਂ ਉਹਨਾਂ ਆਸਤੇ ਵੀ ਨਹੀਂ ਖੁੱਲੀ ਕਿਹੜੇ ਏਜੰਟ ਕਿ ਜਦੋਂ ਖੁੱਲੂਗੀ ਸਾਈਡ ਸਾਰਿਆਂ ਆਸਤੇ ਖੁੱਲੂਗੀ ਏਜੰਟ ਇਹ ਨਹੀਂਗੇ ਹੁਣ ਵੀ ਥੱਬਾ ਥੱਬਾ ਨੂੰ ਲੈ ਉਸ ਜਨ ਲੈ ਕੇ ਬੈਠੇ ਹੋਣਗੇ ਤੇ ਉਸੇ ਦੇ ਇਹ ਐਂਟਰ ਕਰ ਲਗੇ ਨਹੀਂ ਕੁਛ ਨਹੀਂ ਐਂਟਰ ਹੋ ਸਕਦਾ ਪਹਿਲਾਂ ਕੱਖ ਵੀ ਨਹੀਂ ਕਰ ਸਕਦੇ ਇਕੱਲੇ ਇਕੱਲੇ ਬੰਦੇ ਦੀ ਫਾਈਲ ਐਂਟਰ ਹੋਣੀ ਹੈ ਇਕੱਲੇ ਇਕੱਲੇ ਬੰਦੇ ਦੀ ਸੋ ਜੀ ਮੇਰੇ ਟੈਨਸ਼ਨ ਨਾ ਲੋ ਹਨਾ ਸਾਰੇ ਮੇਰੇ ਵੀਰਾਂ ਦਾ ਕੰਮ ਬਣੂਗਾ ਇੱਕ ਗੁੱਡ ਨਿਊਜ਼ ਹੋਰ ਮੈਂ ਤੁਹਾਨੂੰ ਦੱਸਣਾ ਗੁੱਡ ਨਿਊਜ਼ ਕੀ ਮਤਲਬ ਸਰਕਾਰ ਮਲੋਨੀ ਸਰਕਾਰ ਨੇ ਇਟਲੀ ਦੀ ਸਰਕਾਰ ਨਾਲ ਇਹ ਜੋ ਸਿਕੰਜਾ ਕੱਸਿਆ ਹੋਇਆ ਹੈ ਹਨਾ ਏਜੰਡਾ ਦੇ ਉਹ ਜਿਹੜੇ ਮੇਰੇ ਵੀਰ 9 ਮਹੀਨੇ ਵਾਲੇ ਪੇਪਰਾਂ ਤੇ ਐਂਟਰੀ ਦੀ ਗੱਲ ਕਰਕੇ ਵੀ ਆ ਰਹੇ ਸੀਗੇ ਨਾ ਐਂਟਰੀ ਦੀ ਗੱਲ ਕਰਖੇ ਵੀ ਆ ਰਹੇ ਸੀ ਵੀ ਸਾਡੀ ਐਂਟਰੀ ਕਰਾ ਦਿਓ ਉਹਨਾਂ ਦੇ ਵੀ ਏਜੰਟਾਂ ਨੇ ਧੱਕੇ ਨਾਲ ਉਹਨਾਂ ਨੂੰ ਪੇਪਰ ਲੈ ਕੇ ਦੇਣੇ ਆ ਧੱਕੇ ਨਾਲ ਦੇਣਗੇ ਪੇਪਰ ਲੈ ਕੇ ਤੁਸੀਂ ਆਉਣ ਲੈਣਾਂ ਦੇ ਵਿੱਚ ਵੇਖ ਕਿ ਉਹਦਾ ਕੀ ਹੁੰਦਾ ਇਹਨਾਂ ਏਜੰਟਾਂ ਦਾ ਜੇ ਨਾ ਪੇਪਰ ਲੈ ਕੇ ਦਿੱਤੇ ਫਿਰ ਫਸਣਗੇ ਉਹ ਆ ਵੀ ਫਸਣਗੇ ਕਿਉਂਕਿ ਤੱਕੇ ਨਾਲ ਪੇਪਰ ਲੈ ਕੇ ਦੇਣੇ ਪੈਣੇ ਆ ਤੁਹਾਨੂੰ ਤੱਕੇ ਨਾਲ ਪੇਪਰ ਦੇਣਗੇ ਤੁਸੀਂ ਕਹਿਣਾ ਸੀ ਪੇਪਰ ਨਹੀਂ ਲੈਣੇ ਅਸੀਂ ਪੁਰਤਗਾਲ ਜਾਣਾ ਫਰਾਂਸ ਜਾਣਾ ਠੀਕ ਤੁਸੀਂ ਕਹਿਣਾ ਸੀ ਪੇਪਰ ਨਹੀਂ ਜਾਣਾ ਉਹਨਾਂ ਨੇ ਕਿਹਾ ਵੀ ਠਹਿਰ ਜਾ ਤੁਸੀਂ ਪੇਪਰ ਲੈ ਕੇ ਦੰਨੇ ਆ ਤੇਰੀ ਐਂਟਰੀ ਕਰਾਉਣੇ ਆ ਸੋ ਇਹ ਵੀ ਇੱਕ ਸਭ ਤੋਂ ਵੱਡੀ ਗੁੱਡ ਨਿਊਜ਼ ਆ ਫਿਰ ਤੁਸੀਂ ਕਹਦੋਂਗੇ ਸੀਵੀਆ ਸੀਵੀਆ ਸੱਚੀਆਂ ਬੋਲਦਾ ਸੀਵੀਆ ਸਹੀ ਸੱਚੀ ਗੱਲ ਤੁਹਾਡੇ ਨਾਲ ਸ਼ੇਅਰ ਕਰਦਾ ਹੁੰਦਾ ਦੋਸਤੋ ਆਪਾਂ ਨੂੰ ਕੋਈ ਕਿਸੇ ਦਾ ਡਾਰਨਿੰਗ ਡੁੱਕਰ ਨਹੀਂ ਹੈ ਨਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਕੀ ਤੇ ਸਭ ਤੋਂ ਵੱਡੀ ਖੁਸ਼ਖਬਰੀ ਇਹੀ ਹੈ ਵੀ ਐਂਟਰੀ ਵਾਲੇ ਵੀ ਹੋਣਗੇ ਪੱਕੇ ਹਾਂ ਧੱਕੇ ਨਾਲ ਹੀ ਕਰਾਏ ਜਾਣ ਪਰ ਹੋਣਗੇ ਪੱਕੇ ਓਕੇ ਹੱਸੀ ਘਸਰਨ ਵੀਡੀਓ ਚੰਗੀ ਲੱਗੀ ਤਾਂ ਵੀਰ ਮੇਰੇ ਉਹ ਲਾਇਕ ਜਰੂਰ ਕਰ ਦਿਓ ਹਣਾ ਓਕੇ